कोविड काल में अपनी जान की परवाह किए बगैर लोगों की सेवा करने वाले NRHM कर्मियों को आश्वासन दिया गया था कि उन्हें नौकरी पर पक्का कर दिया जाएगा, लेकिन लंबा समय बीतने के बावजूद ऐसा नहीं हुआ, जिसके चलते NRHM कर्मियों में रोष है। इसी रोष के तहत अब ये कर्मचारी अनंतकाल हड़ताल पर जा चुके हैं। कर्मचारियों ने कहा है कि जब तक उनकी मांगों को पूरा नहीं किया जाता, तब तक हड़ताल इसी तरह जारी रहेगी। ਸਾਡੀ ਲਗਾਤਾਰ ਇਹੀ ਮੰਗ ਸੀਗੀ ਕਿ ਸਾਨੂੰ ਰੈਗੂਲਰ ਕੀਤਾ ਜਾਵੇ। ਸਰਕਾਰ ਨੇ ਸਾਡੀ ਇਹ ਮੰਗ ਨੂੰ ਬਿਲਕੁਲ ਨਖਾਰਦੇ ਹੋਏ ਸਿੱਧਾ ਹੀ ਸਾਨੂੰ 15% ਦਾ ਇਨਕਰੀਮੈਂਟ ਅਤੇ 50% ਕੋਟਾ ਦਿੱਤਾ, ਜਿਹੜਾ ਸਾਨੂੰ ਬਿਲਕੁਲ ਮਨਜ਼ੂਰ ਨਹੀਂ ਹੈ। ਸਾਡੀ ਇੱਕੋ ਇੱਕ ਮੰਗ ਹੈ ਕਿ ਸਾਨੂੰ ਰੈਗੂਲਰ ਕੀਤਾ ਜਾਵੇ, ਤੁਰੰਤ ਪ੍ਰਭਾਵ ਤੋਂ ਰੈਗੂਲਰ ਕੀਤਾ ਜਾਵੇ। ਸਾਡੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਸਾਨੂੰ ਰੈਗੂਲਰਾਈਜੇਸ਼ਨ ਚਾਹੀਦਾ ਸਾਨੂੰ, ਹੋਰ ਸਾਡੀ ਕੋਈ ਦੂਜੀ ਤੀਜੀ ਮੰਗ ਹੀ ਨਹੀਂ ਹੈਗੀ ਜੀ। ਸਾਨੂੰ ਅੱਜ ਚੌਥਾ ਦਿਨ ਹੈ ਜੀ। ਸਾਨੂੰ ਮੀਟਿੰਗ ਦਿੱਤੀ ਸੀਗੀ, HM ਦੀ ਮੀਟਿੰਗ ਮਿਲੀ ਸੀਗੀ, ਲੇਕਿਨ ਉਹ ਸਾਡੀ ਮੀਟਿੰਗ ਬੇਸਿੱਟਾ ਨਿਕਲੀ ਹੈਗੀ ਜੀ। ਉਹਦੇ ਵਿੱਚ ਸਾਨੂੰ ਐਵੇਂ ਲੋਲੀਪੋਪ ਦੇ ਤਾ, 15% ਸਲਾਨਾ ਇਨਕਰੀਮੈਂਟ ਅਤੇ 50% ਕੋਟਾ ਦਿੱਤਾ, ਜਿਹਦਾ ਕਿ ਸਾਡੇ ਕੁਛ ਕੈਡਰਸ ਨੂੰ ਤਾਂ ਕੋਈ ਫਾਇਦਾ ਹੀ ਨਹੀਂ ਹੈ, ਲੋਅਰ ਕੈਡਰਸ ਨੂੰ ਤਾਂ ਬਿਲਕੁਲ ਵੀ ਫਾਇਦਾ ਨਹੀਂ ਹੈ। 1500 ਦਾ, 2000 ਦਾ ਇਨਕਰੀਮੈਂਟ, ਕੋਈ ਇਨਕਰੀਮੈਂਟ ਸਾਡਾ, ਸਾਨੂੰ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਉਸ ਚੀਜ਼ ਨਾਲ। ਇਸ ਕਰਕੇ ਅਸੀਂ ਇਸ ਚੀਜ਼ ਨੂੰ ਬਿਲਕੁਲ ਨਿਖਾਰਦੇ ਹਾਂ ਜੀ। ਸਾਨੂੰ ਇਹ ਸਰਕਾਰ ਦਾ ਲੋਲੀਪੋਪ ਨਹੀਂ ਚਾਹੀਦਾ। ਦੇਖੋ ਜੀ, ਫਿਲਹਾਲ ਤਾਂ ਅਜੇ ਕੰਟੀਨਿਊ ਚੱਲ ਰਿਹਾ, ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਸਾਡਾ ਜਿਹੜਾ ਸੰਘਰਸ਼ ਹੈ ਉਹ ਕੰਟੀਨਿਊ ਹੀ ਰਹੇਗਾ। ਸਰ, ਇਹ ਪ੍ਰੋਟੈਸਟ NHM ਮੁਲਾਜ਼ਮਾਂ ਵੱਲੋਂ ਹੈ ਕਿ ਸਾਨੂੰ ਪੱਕੇ ਕੀਤਾ ਜਾਵੇ, ਠੀਕ ਹੈ। ਸਾਡੀ ਜਿਹੜੀ ਪਹਿਲੀ ਇੱਕ ਸੰਕੇਤਿਕ ਹੜਤਾਲ ਸੀਗੀ 27 ਤਰੀਕ ਨੂੰ, ਜਿਹਦੇ ਬਾਅਦ ਸਾਨੂੰ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ, ਜਿਹਦੇ ਕਰਕੇ ਅਸੀਂ 4 ਮਈ ਤੋਂ ਦੁਬਾਰਾ ਅਸੀਂ ਹੜਤਾਲ 'ਤੇ ਬੈਠੇ ਸੀਗੇ। 4 ਮਈ ਨੂੰ ਸ਼ਾਮ ਨੂੰ ਇਹਨਾਂ ਦਾ ਆਇਆ ਕਿ ਤੁਹਾਨੂੰ ਇੱਕ ਮੀਟਿੰਗ ਦਿੰਦੇ ਹਾਂ, ਤੁਸੀਂ 5 ਤਰੀਕ ਨੂੰ ਆਓ ਸਾਡੇ ਕੋਲ ਉੱਥੇ। ਕੱਲ੍ਹ ਸਾਡੇ ਜਿਹੜੇ ਪ੍ਰਧਾਨ ਹੈਗੇ ਉੱਥੇ ਗਏ ਸੀਗੇ, ਉੱਥੇ ਉਹਨਾਂ ਨੇ ਉਹਨਾਂ ਨੂੰ ਸਾਰੀ ਗੱਲਾਂ ਨਕਾਰ ਕੇ ਕਹਿੰਦੇ ਪੱਕੇ ਨਹੀਂ ਅਸੀਂ ਕਰਨਾ ਤੁਹਾਨੂੰ, ਠੀਕ ਹੈ, ਤੁਹਾਨੂੰ ਇੱਦਾਂ ਕਰਦੇ ਹਾਂ ਕਿ ਅਸੀਂ 6% ਪਹਿਲੇ ਦਿੰਦੇ ਸਾਨੂੰ ਜਿਹੜਾ ਮੰਥਲੀ ਈਅਰਲੀ ਇਨਕਰੀਮੈਂਟ, 9% ਤੁਹਾਨੂੰ ਬੋਨਸ ਦੇ ਕੇ, ਅਤੇ ਇਸ ਸਾਲ ਜਿਹੜਾ ਲਾਉਣਾ ਤੁਹਾਨੂੰ 15% ਦਾ ਤੁਹਾਨੂੰ ਲਗਾ ਦੇਵਾਂਗੇ। ਪਰ ਉਹਦੇ ਨਾਲ ਉਹ ਸਿਰਫ ਇਹ ਹੈਗਾ ਕਿ ਕੋਵਿਡ ਦੌਰਾਨ ਉਹਨਾਂ ਨੇ ਉਹ ਸਾਨੂੰ 15% ਦਾ 1 ਸਾਲ ਦਾ ਹਾਈਕ ਦੇਣਗੇ, ਉਹ ਵੀ ਇਹੀ ਚਾਹੁੰਦੇ ਹੈਗੇ ਆ ਕਿ ਕੋਰੋਨਾ ਨਿਕਲ ਜਾਵੇ ਅਤੇ ਫਿਰ ਇਹਨਾਂ ਨੂੰ ਕਿੰਨੇ ਪੁੱਛਣਾ। ਅਸੀਂ ਸਾਡੇ ਦਿਮਾਗ 'ਚ ਇਹ ਗੱਲ ਬਿਲਕੁਲ ਨਹੀਂ ਹੈਗੀ, ਹੁਣ ਤੱਕ ਵੀ ਸੇਵਾ ਕਰਦੇ ਆਏ ਹਾਂ ਅਤੇ ਅੱਗੇ ਵੀ ਸੇਵਾ ਕਰਨੀ ਹੀ ਕਰਨੀ ਹੈ। ਜੇ ਸਰਕਾਰ ਸਾਨੂੰ ਟਰਮੀਨੇਟ ਨਾ ਕਰੇ ਤਾਂ, ਅਤੇ ਜੇ ਇਹ ਸਾਡੀ ਗੱਲਾਂ ਨਹੀਂ ਮੰਨ ਸਕਦੀ ਤਾਂ ਸਾਨੂੰ ਟਰਮੀਨੇਟ ਵੀ ਕਰਦੇ, ਅਸੀਂ ਖੁਸ਼ ਹੈਗੇ ਉਹਦੇ ਵਿੱਚ, ਹੋਰ ਕੁਛ ਨਹੀਂ। ਅਤੇ ਜਿੰਨੀ ਕੁ ਤਨਖਾਹ ਸਾਨੂੰ ਦਿੰਦੇ ਆ, ਇੰਨੀ ਤਾਂ ਅੱਜ ਕੱਲ੍ਹ ਨਰੇਗਾ ਦੀ ਨਹੀਂ ਹੈਗੀ, ਹੈ ਨਾ, ਉਹ ਵੀ ਅੱਜ ਕੱਲ੍ਹ 10,000 ਤਨਖਾਹ ਲੈਂਦੇ ਹੈਗੇ ਸਾਡੇ ਕਈ ਮੁਲਾਜ਼ਮ, ਜਿਹੜੇ 10,000 ਤੋਂ ਵੀ ਥੱਲੇ ਤੋਂ ਕੰਮ ਕਰਦੇ ਪਏ ਹੈਗੇ। ਇਸ ਕਰਕੇ ਸਭ ਤੋਂ ਵੱਡੀ ਗੱਲ ਇਹ ਹੈਗੀ ਕਿ ਇਸ ਵੇਲੇ ਕਰੋਨਾ ਕਾਰਨ ਜਿਹੜੇ ਸਾਨੂੰ ਭੱਤੇ ਭੁੱਤੇ ਦਿੰਦੇ ਆ, ਉਹ ਨੋਰਮਲ ਲਾਈਫ ਵਾਸਤੇ ਤਾਂ ਠੀਕ ਹੈ, ਪਰ ਕੋਵਿਡ ਵਾਸਤੇ ਨਹੀਂ ਹੈਗੇ ਸਫੀਸ਼ੈਂਟ। ਕਿਉਂ? ਕਿਉਂਕਿ ਜਿੰਨਾ ਕੁ ਖਰਚ ਅੱਜ ਸਾਡੇ ਘਰੋਂ ਬਾਹਰ ਨਿਕਲ ਕੇ ਘਰ ਵੜਨ ਦੇ ਵਿੱਚ ਖਰਚ ਹੈ ਨਾ, ਉਨੇ 'ਚ ਸਾਡੀ ਤਨਖਾਹਾਂ ਮੁੱਕ ਜਾਂਦੀਆਂ, ਠੀਕ ਹੈ। ਸਾਡਾ ਇਹੀ ਹੈਗਾ ਕਿ ਸਾਨੂੰ ਕੋਈ ਹਾਈਕ ਨਹੀਂ ਚਾਹੀਦਾ ਇਸ ਵੇਲੇ, ਠੀਕ ਹੈ। ਸਾਨੂੰ ਸਿਰਫ ਪੱਕੇ ਕਰੋ, ਜੇ ਸਰਕਾਰ ਦਾ ਇਹ ਬਹਾਨਾ ਹੈਗਾ ਕਿ ਅਸੀਂ ਫਾਈਨੈਂਸ਼ੀਅਲ ਲੋਡ ਨਹੀਂ ਲੈ ਸਕਦੇ, ਅਸੀਂ ਕਿਸੇ ਸਰਕਾਰ ਦੇ ਕੋਈ ਫਾਈਨੈਂਸ਼ੀਅਲ ਲੋਡ ਨਹੀਂ ਪਾਉਣਾ ਚਾਹੁੰਦੇ, ਸਾਨੂੰ ਅੱਜ ਵੀ ਜੇ ਪੱਕੇ ਕਰਦੇ ਆ ਸਾਨੂੰ ਲੈਟਰ ਕੱਢ ਦੇਣ ਕਿ ਤੁਹਾਨੂੰ ਪੱਕੇ ਕਰ ਦਿਆਂਗੇ, ਤੁਸੀਂ 2 ਸਾਲ ਇਸੇ ਤਨਖਾਹਾਂ 'ਤੇ ਕੰਮ ਕਰੋਗੇ, ਅਸੀਂ ਇਸੇ ਤਨਖਾਹਾਂ 'ਤੇ ਕੰਮ ਕਰਨ ਨੂੰ ਤਿਆਰ ਹੈਗੇ ਹਾਂ, ਠੀਕ ਹੈ। ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦਾ ਮਤਲਬ ਜੀ ਬਿਮਾਰ ਹੋਏ ਉਹਦੇ 'ਤੇ ਅਸੀਂ, ਜਿੱਦਾਂ ਅੱਜ ਹੁਣ ਇਹਨਾਂ ਕੋਲ ਸਰਕਾਰ ਜੇ ਬਾਕੀ ਗੱਲਾਂ ਵਾਸਤੇ ਇੰਨੀ ਠੀਕ ਹੈ, ਫਤਿਹ ਕਿੱਟਾਂ ਇਹਨਾਂ ਕੋਲ ਨਹੀਂ ਹੈਗੀਆਂ, ਹੈ ਵੈਕਸੀਨੇਸ਼ਨ ਇਹਨਾਂ ਕੋਲ ਨਹੀਂ ਪਹੁੰਚਦੀ ਵੀ, ਅਤੇ ਇਹ ਸਰਕਾਰ ਕਰਦੀ ਕੀ ਪਈ ਹੈ? ਨਾ ਇਹ ਆਪਣੇ ਹੈਲਥ ਸਿਸਟਮ ਨੂੰ ਸੈੱਟ ਕਰ ਪਾ ਰਹੀ ਹੈ, ਨਾ ਇਹ ਆਪਣੇ ਮੁਲਾਜ਼ਮਾਂ ਨੂੰ ਸੈੱਟ ਕਰ ਪਾ ਰਹੀ ਹੈ, ਅਤੇ ਨਾ ਇਹ ਕੁਛ ਕਰ ਪਾ ਰਹੀ ਹੈ। ਸਿਰਫ ਫੋਨ 'ਤੇ ਕਹਿ ਲਓ ਜਾਂ ਉੱਥੇ ਜਿਹੜੇ ਆਪਣੇ ਬਿਆਨ ਦੇ ਦਿੰਦੇ ਆ ਉਹਦੇ ਹਿਸਾਬ ਨਾਲ ਹੈਲਥ ਡਿਪਾਰਟਮੈਂਟ ਨਹੀਂ ਚੱਲਦਾ, ਸਾਰਾ ਹੈਲਥ ਡਿਪਾਰਟਮੈਂਟਾਂ ਨੇ ਸੱਤਿਆਨਾਸ਼ ਕਰਕੇ ਰੱਖਤਾ ਹੈਗਾ। ਕਿ ਤੁਸੀਂ ਦੇਖਿਆ, ਤੁਸੀਂ ਵੀ 3-4 ਦਿਨ ਤੋਂ ਕੋਈ ਖਬਰਾਂ ਚਲਾ ਰਹੇ ਸੀਗੇ ਕਿ ਜਿੰਨੇ ਵੀ ਇਹਨਾਂ ਦੇ ਵੈਂਟੀਲੇਟਰ ਹੈਗੇ, ਵੈਂਟੀਲੇਟਰ ਚਲਾਉਣ ਵਾਸਤੇ ਇਹਨਾਂ ਕੋਲ ਅੱਜ ਤੱਕ ਡਾਕਟਰ ਨਹੀਂ ਹੈਗਾ। ਸਰਕਾਰਾਂ ਨੇ ਕੀ ਕੀਤਾ ਜੀ, ਇਹਨਾਂ ਕੋਲ ਅੱਜ ਤੱਕ ਇੱਕ ਡਾਕਟਰ ਵੀ ਨਹੀਂ ਹੈਗਾ ਕਿ ਵੈਂਟੀਲੇਟਰ ਚਲਾ ਸਕੇ ਇਹਨਾਂ। ਮੈਂ ਇਹ ਗਰੰਟੀ ਦਿੰਦਾ, ਸਾਡੇ ਵਿੱਚੋਂ ਕਈ ਬੰਦੇ ਇੱਦਾਂ ਦੇ ਹੈਗੇ ਜਿਹੜੇ ਇਹਨਾਂ ਅੱਗੇ ਆ ਗਏ, ਭਾਵੇਂ ਵੈਂਟੀਲੇਟਰ ਹੋਣ, ਭਾਵੇਂ ਇਹਨਾਂ ਦਾ ਆਈਸੋਲੇਸ਼ਨ ਵਾਰਡ ਆ, ਅਸੀਂ ਸਾਰੇ ਸਾਂਭ ਸਕਦੇ ਹੈਗੇ ਹਾਂ, ਪਰ ਇਹ ਸਾਡੀ ਮਤਲਬ ਕਰਨ, ਸਾਡੀ ਹੈਲਪ ਕਰਨ,
ਸਾਨੂੰ ਓਪਨਲੀ ਕਹਿ ਦੇਣ ਕਿ ਹਾਂ ਜੀ ਜਿਹੜਾ ਆ ਕੇ ਸਾਂਭ ਸਕਦਾ ਹੈ ਉਹਨਾਂ ਦੀ ਪ੍ਰੋਪਰ, ਜਿਨ੍ਹਾਂ ਨੇ ਕੋਈ ਟੈਸਟ ਲੈਣਾ ਕੁਛ ਕੁ ਅਸੀਂ ਸੰਭਾਲ ਉਹਨੂੰ, ਸਭ ਕੁਛ ਤਿਆਰ ਹਾਂ। ਅਸੀਂ ਵੀ ਚਾਹੁੰਦੇ ਹਾਂ ਕਿ ਅਸੀਂ ਆਪਣੇ ਜਿਹੜੇ ਪ੍ਰਦੇਸ਼ ਦੇ ਆ ਵਾਸੀਆਂ ਨੂੰ ਬਚਾਈਏ। ਅਸੀਂ ਬੇਸ਼ੱਕ ਇਸ ਵੇਲੇ ਕੰਮ ਨਹੀਂ ਕਰ ਰਹੇ ਹਾਂ, ਪਰ ਜਿਹੜੇ ਸਾਰੇ ਸਾਡੇ ਨੁਮਾਇੰਦੇ ਹੈਗੇ ਆ ਜਾਂ ਸਾਡੇ ਕੈਡਰ ਹੈਗੇ ਆ, ਉਹ ਇਸ ਤੋਂ ਬਾਅਦ ਜੋਬ ਟਾਈਮ ਤੋਂ ਬਾਅਦ ਵੀ ਪਿੰਡਾਂ ਦੇ ਵਿੱਚ ਸੇਵਾ ਕਰ ਰਹੇ ਆਪਣੇ ਆਪਣੇ ਪਿੰਡਾਂ ਦੇ ਵਿੱਚ। ਅਤੇ ਅਸੀਂ ਇਸ ਗੱਲ ਕਰਕੇ ਵਚਨਬੱਧ ਹੈਗੇ ਕਿ ਅਸੀਂ ਹਰ ਬੰਦੇ ਦੀ ਸੇਵਾ ਕਰਨਾ ਚਾਹੁੰਦੇ ਹਾਂ, ਪਰ ਇਸ ਵੇਲੇ ਅਸੀਂ ਕਿਸੇ ਦੀ ਸੇਵਾ ਵੀ ਤਾਂ ਹੀ ਕਰਾਂਗੇ ਪਹਿਲੇ ਸਾਡਾ ਢਿੱਡ ਭਰਿਆ ਹੋਵੇ। ਅਸੀਂ ਆਪਣੇ ਆਪ ਨੂੰ ਮੌਤ ਦੇ ਮੂੰਹ 'ਚ ਰੱਖ ਕੇ ਅਸੀਂ ਸੇਵਾ ਨਹੀਂ ਕਰ ਸਕਦੇ ਜੀ, ਇਹ ਸਾਡੀ ਵੀ ਬੜੀ ਵੱਡੀ ਇੱਕ ਕਮਜ਼ੋਰੀ ਹੈਗੀ ਆ, ਅਸੀਂ ਆਪਣੀ ਫੈਮਲੀਆਂ ਨੂੰ ਨਹੀਂ ਕਰ ਸਕਦੇ। ਕੁਛ ਅੰਕੜੇ ਮੇਰੇ ਕੋਲ ਕੱਲ੍ਹ ਦੇ ਆਏ ਹੈਗੇ ਆ ਕਿ ਸਾਡੇ ਕੁਛ ਮਤਲਬ ਸੀਨੀਅਰਸ ਜਿਹੜੇ ਕਹਿ ਰਹੇ ਆ ਕਿ ਕਿੰਨਾ ਕੰਮ ਇਫੈਕਟ ਹੋਇਆ ਹੈਗਾ। ਇਸ ਵੇਲੇ ਪੂਰੇ ਡਿਸਟ੍ਰਿਕਟ ਪਠਾਨਕੋਟ ਦੇ ਵਿੱਚ ਵੈਕਸੀਨੇਸ਼ਨ ਦਾ ਕੰਮ ਲਗਭਗ 80% ਠੱਪ ਹੈਗਾ। ਪਹਿਲੇ ਹਰ ਦਿਨ ਜ਼ਿਆਦਾ ਨਹੀਂ ਤਾਂ ਘੱਟੋ ਘੱਟ 50 ਕੈਂਪ ਲੱਗਦੇ ਸੀਗੇ ਵੈਕਸੀਨੇਸ਼ਨ ਦੇ, ਇਸ ਵੇਲੇ ਉਹ ਸਾਰੇ ਘੱਟ ਕੇ 10 ਜਾਂ 12 ਕੈਂਪ ਲੱਗ ਰਹੇ ਹੈਗੇ ਆ। ਡਿਸਟ੍ਰਿਕਟ ਹੋਸਪਿਟਲ ਦੇ ਵਿੱਚ ਵੀ ਇਸ ਵੇਲੇ ਵੈਕਸੀਨੇਸ਼ਨ ਬੰਦ ਹੈਗੀ ਹੈ। ਕੱਲ੍ਹ ਜਿਹੜੇ ਸਾਡਾ ਉਹਦਾ ਹੈਗਾ ਪਰ ਡੇ ਟੀਚਰ ਹੈਗਾ ਸੈਂਪਲਿੰਗ ਦਾ, ਉਹ ਲਗਭਗ 3000 ਸਾਨੂੰ ਕਿਹਾ ਗਿਆ, ਠੀਕ ਹੈ। ਪਰ ਇਸ ਵੇਲੇ ਜਿਹੜਾ 3000 ਤੇ ਪਹੁੰਚ ਕੇ ਅੱਜ ਫਿਰ ਕੱਲ੍ਹ ਦਾ ਜਿਹੜਾ ਸੀਗਾ 900 ਰਹਿ ਗਿਆ, ਉਹ ਟੀਚਾ ਨਹੀਂ ਪੂਰਾ ਹੋ ਰਿਹਾ। ਹੋਰ ਕਈ ਗੱਲਾਂ ਦੇਖਣ ਦੇ ਵਿੱਚ ਆਈਆਂ ਕਿ ਜਿਹੜੇ ਸਾਡੇ ਫਤਿਹ ਕਿੱਟ ਜਿਹੜੀ ਡਿਲੀਵਰੀ ਹੈਗੀ ਉਹ ਬਿਲਕੁਲ ਬੰਦ ਹੈਗੀ ਹੈ। ਇਸ ਵੇਲੇ ਲਗਭਗ 700 ਮਰੀਜ਼ ਇੱਦਾਂ ਦਾ ਹੈਗਾ ਜਿਨ੍ਹਾਂ ਨੂੰ ਪੋਜ਼ਿਟਿਵ ਹੈਗਾ ਅਤੇ ਉਹਨਾਂ ਨੂੰ ਫਤਿਹ ਕਿੱਟ ਡਿਲੀਵਰ ਨਹੀਂ ਹੋਈਆਂ, ਠੀਕ ਹੈ। ਅਸੀਂ ਵੀ ਚਾਹੁੰਦੇ ਹਾਂ ਕਿ ਅਸੀਂ ਇਹ ਕਰੀਏ। ਕੁਛ ਤਾਂ ਚਲੋ ਠੀਕ ਹੈ, ਪਿੱਛੇ ਕਿੱਟਾਂ ਵੀ ਘੱਟ ਹੋਣਗੀਆਂ, ਮੈਨੂੰ ਇਸ ਬਾਰੇ ਨਹੀਂ ਨੌਲੇਜ, ਪਰ ਇਹ ਕਿੱਟਾਂ ਜਿਹੜੀਆਂ ਸਾਡੇ ਬੰਦੇ ਡਿਲੀਵਰ ਕਰਦੇ ਹੈਗੇ ਆ ਉਹ ਸਾਰੇ ਇੱਥੇ ਹੀ ਬੈਠੇ ਆ, ਠੀਕ ਹੈ। ਉਹਦੇ ਬਾਅਦ ਵੈਕਸੀਨੇਸ਼ਨ ਸੈਂਪਲਿੰਗ ਦਾ ਤੁਹਾਨੂੰ ਦੱਸ ਦਿੱਤਾ ਕਿ ਬਿਲਕੁਲ ਸਟੋਪ ਹੈਗੀ ਆ। ਹੋਮ ਆਈਸੋਲੇਸ਼ਨ ਦੇ ਵਿੱਚ ਵੀ ਜਿੰਨੇ ਸਾਡੇ ਕੈਡਰ ਧਿਆਨ ਦੇ ਰਹੇ ਸੀਗੇ ਉਹ ਸਾਰੇ ਅੱਜ ਇੱਥੇ ਸਟ੍ਰਾਈਕ 'ਤੇ ਆ ਕੇ ਬੈਠੇ ਹੈਗੇ ਆ। ਸਾਡੀ ਇੱਕੋ ਹੀ ਮੰਗ ਹੈ, ਸਾਨੂੰ ਪੱਕੇ ਕੀਤਾ ਜਾਵੇ। ਅਸੀਂ ਕਿਸੇ 15% ਦੇ ਵਿੱਚ ਖੁਸ਼ ਨਹੀਂ ਹੈਗੇ, ਅਸੀਂ 15% ਨਹੀਂ ਲੈਣਾ। ਸਾਨੂੰ ਤੁਸੀਂ ਛੋਟੀ ਕੋਈ ਆਸ ਨਾ ਦਿਓ ਕਿ ਤੁਹਾਨੂੰ ਹੁਣ 15% ਦੇ ਦਾਂਗੇ, ਸਾਨੂੰ ਕੋਈ 15% ਚਾਹੀਦਾ। ਜੇ ਚਾਹੀਦਾ ਤਾਂ ਅਸੀਂ ਆਪਣੀ ਆਪਣੀ ਸੈਲਰੀਆਂ ਦਾ 10-10% ਹੋਰ ਛੱਡਣ ਨੂੰ ਤਿਆਰ ਹੈ, ਠੀਕ ਹੈ। ਉਹ ਸਾਡੇ ਕੋਲ 10% ਲੈ ਲਓ ਅਤੇ ਅਸੀਂ ਸਾਡੇ ਦੇਸ਼ ਦੀ ਜਿਹੜੀ ਹੈਗੇ ਆ ਮੈਂਬਰ ਹੈਗੇ ਆ ਉਹਨਾਂ ਦੀ ਸੇਵਾ ਵਿੱਚ ਲਗਾਓ, ਸਾਨੂੰ ਕੋਈ ਦਿੱਕਤ ਨਹੀਂ। ਸਾਨੂੰ ਇੱਕ ਇਹੀ ਰੂਲ ਪਾਸ ਕਰਕੇ ਦਿਓ, 2 ਸਾਲ ਬਾਅਦ ਤੁਹਾਨੂੰ ਪੱਕੇ ਕਰ ਦਾਂਗੇ, 2 ਸਾਲ ਤੱਕ ਅਸੀਂ ਕਿਸੇ ਵੀ ਸਰਕਾਰ 'ਤੇ ਕੋਈ ਬੋਝ ਨਹੀਂ ਬਣਦੇ। ਇਹਨਾਂ ਨੂੰ ਕੀ ਦਿੱਕਤ ਹੈਗੀ ਹੈ ਨਾ, ਜੇ ਇਹਨਾਂ ਨੂੰ ਇਹ ਵੀ ਲੱਗਦਾ ਕਿ ਇਹਨਾਂ ਦੀ ਸਰਕਾਰ ਅੱਗੇ ਆਏਗੀ ਤਾਂ ਵੀ ਇਹਨਾਂ ਵਾਸਤੇ ਬੈਨੀਫਿਟ ਹੈਗਾ, ਜੇ ਨਹੀਂ ਆਏਗੀ ਤਾਂ ਵੀ ਜਿਹੜੇ ਅਗਲੀ ਸਰਕਾਰ ਆਏਗੀ ਉਹ ਕਰੇਗੀ ਤੁਸੀਂ ਰੂਲ 'ਤੇ ਪਾਸ ਕਰੋ, 4 ਸਾਲ ਤੁਸੀਂ ਸਾਨੂੰ ਬੇਵਕੂਫ ਬਣਾ ਦਿਓਗੇ, ਠੀਕ ਹੈ ਜੀ। ਇਸ ਕਰਕੇ ਮੇਰੀ ਤੁਹਾਡੇ ਤੋਂ ਵੀ ਇਹੀ ਗੁਜ਼ਾਰਿਸ਼ ਹੈਗੀ ਹੈ, ਇਹਨਾਂ ਗੱਲਾਂ ਨੂੰ ਦੂਰ ਤੱਕ ਪਹੁੰਚਾਓ। ਇੱਕ ਸਾਡੇ ਪ੍ਰਦੇਸ਼ ਦੇ ਲੋਕਾਂ ਨੂੰ ਇਹ ਦੱਸੋ ਕਿ ਅਸੀਂ ਗਲਤ ਗੱਲਾਂ ਕਰਕੇ ਨਹੀਂ ਬੈਠੇ ਹੈਗੇ। ਕਿਸੇ ਨੂੰ ਵੀ ਕੋਈ ਡਾਊਟ ਹੈਗਾ, ਮੈਂ ਡਾਕਟਰ ਵਿਮੁਖ ਤੁਹਾਡੀ ਹਰ ਗੱਲ ਨੂੰ ਕਲੀਅਰ ਕਰਨ ਵਾਸਤੇ ਇੱਥੇ ਬੈਠਾ ਹੈਗਾ, ਕਦੇ ਵੀ ਮੇਰੇ ਕੋਲ ਕੰਟੈਕਟ ਕਰਕੇ ਮੇਰੇ ਤੋਂ ਪੁੱਛ ਸਕਦੇ ਹੋ। ਰਾਗੀ ਹੋਮ ਡੈਕੋਰ ਗਿਵ ਯੋਰ ਹੋਮ ਆਫਿਸਿਸ ਇੰਟੀਰੀਅਰ ਐਂਡ ਐਕਸਟੀਰੀਅਰ ਵਾਲਸ ਸੀਲਿੰਗ ਫਰਨੀਚਰ ਐਂਡ ਡੋਰ ਪੈਨਲ ਐਂਡ ਐਲੀਗੈਂਟ ਲੁੱਕ ਐਕਸਪਰਟ ਇਨ UV PVC ਵਾਲ ਵਾਲਪੇਪਰਸ ਪਾਰਟੀਸ਼ਨ ਜਾਲੀ ਗੁੱਡ ਫਲੋਰਿੰਗ ਆਪਕੀ ਕਾਲਪਨਿਕ ਸੋਚ ਕੋ ਉਤਾਰੇ ਆਕਾਰ ਮੇਂ ਔਰ ਆਕਾਰ ਸਵਾਰੇ ਆਪਕੇ ਘਰੋਂ ਦਫ਼ਤਰੋਂ ਔਰ ਕਿਸੀ ਵੀ ਪ੍ਰਕਾਰ ਕੇ ਵੈਬਸਾਈਟ ਸਥਲੋਂ ਕੋ 100% ਈਕੋ ਫ੍ਰੈਂਡਲੀ 100% ਮੋਇਸਚਰ ਪ੍ਰੂਫ 100% ਟਰਮਾਈਟ ਪ੍ਰੂਫ ਐਕਸੀਲੈਂਟ ਵੈਦਰ ਅਬਿਲਿਟੀ ਸਾਊਂਡ ਰਿਡਿਊਸਿੰਗ ਫਾਇਰ ਰਿਚਾਰਜੈਂਟ ਰੀਸਾਈਕਲੇਬਲ ਐਂਡ ਲਾਈਟ ਵੇਟ ਜੈਸੀ ਖੂਬੀਓ ਸੇ ਭਰੀ ਸ਼ੀਟਸ ਬਿਹਤਰ ਵ ਆਧੁਨਿਕ ਪਸੰਦ ਕੇ ਲਿਏ ਯਾਦ ਰੱਖੇ ਰਾਗੀ ਹੋਮ ਡੈਕੋਰ ਕੇਅਰ ਆਫ ਰਾਗੀ ਡਿਸਟ੍ਰੀਬਿਊਟਰਸ ਐਂਡ ਪ੍ਰਮੋਟਰਸ ਵਾਰਡ ਨੰਬਰ 11 ਨੀਅਰ ਨੋਬਲਟੀ ਮਾਲ ਮਾਮੂਨ ਰੋਡ ਪਠਾਨਕੋਟ ਕੰਟੈਕਟ ਅਸ ਔਨ 9540066113